ਸਸਿਕਾਲ ਜੀ ਪੁਨੀਆ ਸਾਹਿਬ ਸਸਿਕਾਲ ਜੀ ਕਿਦਾਂ ਹਾਲ ਚਾਲ ਜੀ ਤੁਹਾਡਾ ਹਾਂ ਜੀ ਬਹੁਤ ਵਧੀਆ ਜੀ ਮੈਂ ਨਾ ਸ਼੍ਰੀ ਮੁਖਸਰ ਸਾਹਿਬ ਤੋਂ ਨਵਦੀਪ ਸੁੱਖੀ ਬੋਲ ਰਿਹਾ ਜੀ ਹਾਂ ਜੀ ਨਵਦੀਪ ਸਿੰਘ ਸੁੱਖੀ ਸ਼੍ਰੀ ਮੁਖਸਰ ਸਾਹਿਬ ਹਾਂ ਜੀ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਬਹੁਤ ਧੰਨਵਾਦ ਜੀ ਤੇ ਪੁਨੀਆ ਸਾਹਿਬ ਮੈਨੂੰ ਤੁਹਾਨੂੰ ਐਕਸੈਸ ਹੁੰਦੇ ਰਹਿੰਦਾ ਹੈ ਤੇ ਤੁਹਾਡੇ ਵਿਚਾਰ ਬਹੁਤ ਵਧੀਆ ਲੱਗਦੇ ਸਾਨੂੰ ਤੇ ਮੇਰੇ ਨਾਲ ਇੱਕ ਜਿਹੇ ਹਿਸੇ ਇੱਕ ਗੱਲ ਸੀ ਜਿਹੜੀ ਤੁਹਾਨੂੰ ਤੋਂ ਪੁੱਛਣੀ ਚਾਹੁੰਦਾ ਸੀ ਮੈਂ ਵੇ ਜਿਹੜੇ ਸਾਡੇ ਪੰਜਾਬ ਤੋਂ ਸਟੂਡੈਂਟਸ ਆਉਂਦੇ ਆ ਇੱਥੇ ਤੁਹਾਡੇ ਪੜ੍ਹਨ ਆਉਂਦੇ ਆ ਕੈਨੇਡਾ ਦੇ ਵਿੱਚ ਤੇ ਇਹਨਾਂ ਤੇ ਮਤਲਬ ਇਹ ਬਹੁਤ ਆਰਥਿਕਤਾ ਨੂੰ ਢਾਲ ਆ ਰਹੇ ਆ ਪੰਜਾਬ ਦੀ ਨੂੰ ਕੋਈ ਸ਼ੱਕ ਨਹੀਂ ਹਾਂਜੀ ਪਰ ਸਮਝੋ ਇਹ ਦੱਸੋ ਵੀ ਜਦੋਂ ਇਹ ਤੁਹਾਡੇ ਕੋਲੇ ਇੱਥੇ ਕੈਨੇਡਾ ਆਉਂਦੇ ਆ ਪੈਸੇ ਤਾਂ ਪੰਜਾਬ ਦੇ ਲੈ ਆਉਂਦੇ ਆ ਹਾਂਜੀ ਤੁਹਾਡੇ ਮਤਲਬ ਕੋ ਹੋਰ ਕੀ ਕੁਝ ਲੈ ਆਉਂਦੇ ਆ ਪੰਜਾਬ ਚੋਂ ਜਿਹਦਾ ਆਨਲਾਈਨ ਟਾਈਮ 'ਚ ਸਾਨੂੰ ਬਹੁਤ ਦੁੱਖ ਹੋਊਗਾ ਵੀ ਸਾਡੀ ਪੀੜ੍ਹੀ ਇਤੋਂ ਬੜਾ ਕੁਝ ਲੈ ਗਈ ਆ ਤੁਹਾਨੂੰ ਕੀ ਲੱਗਦਾ ਵੀ ਕੀ ਕੁਝ ਲੈ ਕੇ ਆਉਂਦੇ ਆ ਪੰਜਾਬ ਤੋਂ ਆਰਥਿਕਤਾ ਤੋਂ ਬਿਨਾ ਹਾਂਜੀ ਚਲੋ ਇੱਕ ਗੱਲ ਤਾਂ ਹੈਗੀ ਆ ਕਿ ਜੀ ਹਰ ਬੱਚਾ ਆਪਣੇ ਚੰਗੇ ਭਵਿੱਖ ਦੀ ਆਸ ਵਿੱਚ ਇੱਥੇ ਆਉਂਦਾ ਕਿਉਂਕਿ ਅਸੀਂ ਵੀ ਕਿਸੇ ਜ਼ਮਾਨੇ 'ਚ ਇੱਥੇ ਆਏ ਸੀ ਕਿਉਂਕਿ ਹਿੰਦੁਸਤਾਨ 'ਚ ਉੱਥੇ ਹੁਣ ਇੰਨਾ ਕੰਮਕਾਰ ਨਹੀਂ ਮਿਲਦਾ ਤਾਂ ਬੱਚੇ ਇੱਧਰ ਨੂੰ ਆਉਂਦੇ ਆ ਤਾਂ ਹੁਣ ਇਹ ਬਹੁਤ ਇੰਪੋਰਟੈਂਟ ਸਵਾਲ ਆ ਕਿ ਆਰਥਿਕਤਾ ਤੋਂ ਬਿਨਾਂ ਉਹ ਕੀ ਲੈ ਕੇ ਆਉਂਦੇ ਨੇ ਉਹ ਇਹ ਹੈ ਜੀ ਇੱਕ ਤਾਂ ਪੰਜਾਬ ਦੇ ਵਿੱਚ ਜਿਹੜਾ ਸਾਡਾ ਯੂਥ ਹੈ ਜਵਾਨੀ ਆ ਨਾ ਨਵੇਂ ਬੱਚੇ ਨੇ ਜਦੋਂ ਉਹੀ ਇੱਥੇ ਆ ਗਏ ਤਾਂ ਉਥੇ ਇਹਦਾ ਮਤਲਬ ਉਥੋਂ ਇਹ ਉਹ ਜਗ੍ਹਾ ਖਾਲੀ ਕਰਿਆ ਹੈ ਤਾਂ ਉਥੇ ਸਾਡੀ ਗਿਣਤੀ ਘਟੂਗੀ ਪੰਜਾਬ ਚ ਹਾਂਜੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਐਵਰੇਜ ਏਜ ਵੀ ਉੱਚੀ ਹੋ ਜਾਣੀ ਹੈ ਇਹਦੇ ਨਾਲ ਕਿਉਂਕਿ ਜਵਾਨ ਬਲੱਡ ਤਾਂ ਸਾਰਾ ਇੱਧਰ ਆ ਜਾਣਾ ਓਕੇ ਤਾਂ ਇਹਦੇ ਨਾਲ ਪੰਜਾਬ ਦੀ ਔਸਤ ਉਮਰ ਵਧੂਗੀ ਤੇ ਪੰਜਾਬ ਦੇ ਵਿੱਚ ਜਿੰਨਾ ਕੰਮ ਪੈਦਾ ਹੋਊਗਾ ਉਹ ਬਾਹਰਲੀਆਂ ਸਟੇਟਾਂ ਵਾਲੇ ਲੋਕ ਆ ਕੇ ਕਰਨਗੇ ਤੇ ਕੋ ਕਹਿ ਰਿਹਾ ਕੀ ਆ ਜਾ ਰਿਹਾ ਹਾਂਜੀ ਕੋ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਆ ਮਤਲਬ ਉਥੋਂ ਦੀ ਵਸੋਂ ਦੇ ਜਿਹੜੇ ਸਿਸਟਮ ਨੇ ਉਥੋਂ ਦੇ ਬੈਲੈਂਸ ਨੇ ਉਹ ਵਿਗੜ ਜਾਣਗੇ ਤੇ ਉਥੇ ਬਾਹਰਲੀਆਂ ਸਟੇਟਾਂ ਵਾਲੇ ਆਉਣਗੇ ਉਥੋਂ ਪੰਜਾਬੀ ਭਾਸ਼ਾ ਦੀ ਪਰਸੈਂਟੇਜ ਵੀ ਘਟੂਗੀ ਬਾਹਰਲੀਆਂ ਭਾਸ਼ਾਵਾਂ ਦਾ ਆ ਕੇ ਦਬਦਬਾ ਬਣੂਗਾ ਤਾਂ ਪੰਜਾਬ ਦੇ ਵਿੱਚ ਹੋ ਸਕਦਾ ਪੰਜਾਬੀ ਮਾਈਨੋਰਟੀ ਵਿੱਚ ਆ ਜਾਵੇ ਇਹ ਵੀ ਇੱਕ ਰਿਸਕ ਆ ਤੇ ਇੱਕ ਹੋਰ ਵੱਡਾ ਰਿਸਕ ਇਹ ਤਾਂ ਬਹੁਤ ਘਟੂਕ ਆਸਲਾ ਬਤਾਇਓਗਾ ਕਿ ਤੁਹਾਨੂੰ ਜਲਦੀ ਲੱਗਦਾ ਨਹੀਂ ਮੈਨੂੰ ਛੇਤੀ ਲੱਗ ਜਾਣਾ ਜੀ ਕਿਉਂਕਿ ਉਹ ਇਸ ਲਈ ਛੇਤੀ ਆ 50 ਸਾਲ ਤਾਂ ਨਹੀਂ 20 ਕ ਸਾਲ ਤੱਕ ਹੀ ਹੋ ਜਾਣਾ ਕਿਉਂਕਿ ਉਹਦੇ ਨਾਲ ਜਿਵੇਂ ਕਿਉਂਕਿ ਸਾਡੇ ਨਾ ਜੀ ਅਸਰ ਵੱਧ ਪੈਂਦਾ ਸਾਡੇ ਅਸੀਂ ਸੁਚੇਤ ਵੀ ਘਟਾਂ ਅਸੀਂ ਕੋਈ ਮਹਾਰਾਸ਼ਟਰ ਚ ਤਾਂ ਹੈ ਨਹੀਂ ਹੈ ਨਾ ਮਹਾਰਾਸ਼ਟਰ ਚ ਜਿੱਦਾਂ ਮਰਾਠੀ ਪ੍ਰਤੀ ਉਹ ਸੁਚੇਤ ਨੇ ਜਿੱਦਾਂ ਕੇਰਲਾ ਵਾਲੇ ਮਲਿਆਲੀ ਪ੍ਰਤੀ ਸੁਚੇਤ ਨੇ ਅਸੀਂ ਉਹਨੇ ਸੁਚੇਤ ਕਦੇ ਵੀ ਨਹੀਂ ਹੋਏ ਤਾਂ ਇਹ ਅਸਰ ਪੈਣਾ ਕਿਉਂਕਿ ਵੈਸੇ ਵੀ ਜੇ ਇਹਦਾ ਨਾਂ ਵੀ ਹੋਵੇ ਨਾ ਤਾਂ ਵੀ ਸਾਡੇ ਤੇ ਅੰਗਰੇਜ਼ੀ ਅਤੇ ਹਿੰਦੀ ਦਾ ਦਬਦਬਾ ਵੈਸੇ ਹੀ ਬਹੁਤ ਵੱਡਾ ਹੈ ਸੋ ਹੁਣ ਤਾਂ ਇੱਕ ਰੀਜ਼ਨ ਬਣ ਜਾਣਾ ਕਿਉਂਕਿ ਉਹਨਾਂ ਦੀ ਗਿਣਤੀ ਵਧ ਜਾਣੀ ਆ ਸੋ ਇਹ ਛੇਤੀ ਨਾਲ ਪੰਜਾਬੀ ਜਿਹੜੀ ਭਾਸ਼ਾ ਹੈ ਮਾਈਨੋਰਟੀ ਚ ਚਲੀ ਜਾਣੀ ਆ ਬਹੁਤ ਦੁੱਖ ਦੀ ਗੱਲ ਇਹ ਹੋਣਾ ਉਹਦੇ ਨਾਲ ਕੀ ਹੋਣਾ ਕਿ ਸਾਡਾ ਸਾਡੇ ਸਾਹਿਤ ਵਿੱਚ ਵੀ ਗ੍ਰਾਵਟ ਹੋਊਗੀ ਕਿਉਂਕਿ ਸਾਨੂੰ ਪਾਠਕ ਨਹੀਂ ਮਿਲਣਾ ਤੇ ਸਾਡੇ ਜਿਹੜੇ ਸਾਹਿਤ ਰਚਣ ਵਾਲੇ ਲੋਕ ਨੇ ਉਹ ਵੀ ਡਿਸਕਰੇਜ ਹੋਣਗੇ ਉਹਨਾਂ ਦਾ ਝੁਕਾ ਹੋਰਾਂ ਭਾਸ਼ਾਵਾਂ ਵੱਲ ਨੂੰ ਜਾਣ ਦੀ ਉਮੀਦ ਆ ਤੇ ਇੱਕ ਚੀਜ਼ ਮੈਨੂੰ ਹੋਰ ਲੱਗਦੀ ਹੁੰਦੀ ਆ ਉਹ ਇਹ ਹੁੰਦੀ ਆ ਕਿ ਜਿਵੇਂ ਤੁਸੀਂ ਸੋਚੋ ਕਿ ਜਿਹੜੇ ਬੱਚੇ ਸਾਡੇ ਜਿਵੇਂ ਪਲੱਸ 2 ਕਰਕੇ ਸਾਡੇ ਬੱਚੇ ਇੱਧਰ ਆਉਂਦੇ ਆ ਠੀਕ ਆ ਹਾਂਜੀ ਹਾਂਜੀ ਪਰ ਪਲੱਸ 2 ਕਰਨ ਤੋਂ ਬਾਅਦ ਚ ਜਦੋਂ ਉਹ ਬੈਚਲਰ ਡਿਗਰੀ ਕਰਦੇ ਨੇ ਬੀਏ ਬੀਐਸਸੀ ਜਾਂ ਕੁਝ ਵੀ ਬੀਕਾਮ ਹੈ ਨਾ ਜਾਂ ਐਮਏ ਐਮਕਾਮ ਕਰਦੇ ਨੇ ਐਮਐਸੀਆਂ ਕਰਦੇ ਨੇ ਨਾ ਤਾਂ ਇਹ ਉਹ ਸਾਲ ਹੁੰਦੇ ਨੇ ਜਿੱਥੇ ਉਹਨਾਂ ਦਾ ਅਸਲ ਚ ਮਾਨਸਿਕ ਵਿਕਾਸ ਹੋਣਾ ਹੁੰਦਾ ਜਿੱਥੇ ਉਹਨਾਂ ਨੇ ਰੀਅਲ ਚ ਜਵਾਨ ਹੋਣਾ ਹੁੰਦਾ ਹੈ ਨਾ ਹਾਂਜੀ ਤਾਂ ਇਹ ਇਹ ਉਹ ਸਾਲ ਹੁੰਦੇ ਨੇ ਜਦੋਂ ਅਸਲ 'ਚ ਉਹਨਾਂ ਨੇ ਇਹ ਦੇਖਣਾ ਹੁੰਦਾ ਕਿ ਮੇਰਾ ਖੇਤਾ ਕੀ ਆ ਮੇਰੀ ਭਾਸ਼ਾ ਕੀ ਆ ਮੇਰਾ ਕਲਚਰ ਕੀ ਆ ਤੇ ਮੇਰੀ ਹਿਸਟਰੀ ਕੀ ਆ ਸਾਡਾ ਫਲਸਫਾ ਕੀ ਆ ਸਾਡੀ ਅੱਜ ਦੇ ਵਰਲਡ ਦੇ ਵਿੱਚ ਸਟੈਂਡਿੰਗ ਕਿਦਾਂ ਦੀ ਆ ਸਾਡਾ ਹਿਸਟোরਿਕਲੀ ਅਸੀਂ ਕਿਦਾਂ ਦੇ ਲੋਕ ਆ ਅਸੀਂ ਕੌਣ ਆ ਤਾਂ ਉਹ ਜਦੋਂ ਹੁਣ ਬਾਹਰ ਆ ਜਾਣਗੇ ਤਾਂ ਬਾਹਰ ਤਾਂ ਸਿੱਧਾ ਜਾ ਕੰਮ ਹੀ ਆ ਕਿ ਉਹਨਾਂ ਨੇ ਪੜਨਾ ਪੜਨਾ ਹੈ ਨਹੀਂ ਜਿਹੜਾ ਉਹਨਾਂ ਨੂੰ ਕੋਈ ਕੋਰਸ ਮਿਲਿਆ ਹੋਊਗਾ ਇੱਕ ਅੱਧੇ ਸਾਲ ਦਾ ਉਹ ਮਕਾ ਕੇ ਫਟਾਫਟ ਉਹ ਜੋਬਸ ਤੇ ਲੱਗ ਜਾਣਗੇ ਕੰਮ ਤੇ ਲੱਗਣਗੇ ਅੰਗਰੇਜ਼ੀ ਬੋਲਣਗੇ ਪਰ ਉਹਨਾਂ ਦਾ ਜਿਹੜਾ ਉਹ ਇੱਕ ਆਪਣੇ ਆਪ ਨੂੰ ਜਾਣਨ ਦਾ ਗਿਆਨ ਹਾਸਲ ਕਰਨ ਦਾ ਸਮਾਂ ਜਿਹੜਾ ਉਹ 5-6 ਸਾਲ ਦਾ ਉਹਨਾਂ ਨੂੰ ਮਿਲਣਾ ਨਹੀਂ ਤੇ ਉਹ ਸਾਰੀ ਉਮਰ ਲਈ ਅੰਡਰ ਐਜੂਕੇਟਿਡ ਵੀ ਰਹਿ ਜਾਣਗੇ ਹਾਲਾਂਕਿ ਉਹਨਾਂ ਕੋਲੇ ਵਰਕ ਦੀ ਸਕਿੱਲ ਹੋਊਗੀ ਉਹ ਪੈਸੇ ਕਮਾ ਲੈਣਗੇ ਪਰ ਉਹਨਾਂ ਦਾ ਮਾਨਸਿਕ ਵਿਕਾਸ ਉਹਨਾਂ ਨਹੀਂ ਹੋਇਆ ਹੋਣਾ ਇਹ ਅਸੀਂ ਦੇਖ ਰਹੇ ਹਾਂ ਇੱਥੇ ਇੱਥੇ ਸਾਨੂੰ ਬੱਚੇ ਮਿਲ ਜਾਂਦੇ ਹਾਂ ਇਹ ਚੀਜ਼ ਹੋਣੀ ਨਾ ਸਹੁਰਿਆਂ ਦੇ ਵੜੇ ਨੇ ਹਾਂ ਇਹ ਚੀਜ਼ ਹੋਣੀ ਆ ਸੋ ਇਹ ਜਿਹੜੀ ਜਿਹੜੀ ਇਹ ਟਰੈਜੇਡੀ ਹੁੰਦੀ ਆ ਬਹੁਤ ਵੱਡੀ ਹੁੰਦੀ ਆ ਕਿ ਫਿਰ ਦਸਾਂ ਵੀਹਾਂ ਸਾਲਾਂ ਇੱਕ ਗੱਲ ਹੈ ਇੱਕ ਗੱਲ ਮੈਨੂੰ ਦੱਸੋ ਸੌਰੀ ਗੱਲ ਮੈਂ ਟੋਕ ਰਿਹਾ ਤੁਹਾਡੀ ਹਾਂਜੀ ਜਿੰਨੇ ਵੀ ਆਪਣੇ ਪੁਰਾਣੇ ਪੰਜਾਬੀ ਐ ਮੈਂ ਤੁਹਾਨੂੰ ਦੱਸਦਾ ਵੀ ਮੈਂ ਵਿਆਹ ਅਟੈਂਡ ਕੀਤਾ ਕੋਈ ਅਜੇ ਤੋਂ 20-25 ਪਹਿਲਾਂ ਦੀ ਗੱਲ ਹੈ ਹਾਂਜੀ ਤੇ ਸਾਡੇ ਕੋਈ ਇੱਦਾਂ ਹੀ ਰਹਿੰਦੇ ਆ ਬਾਹਰ ਪੁਰਾਣੇ ਬੁੜੇ ਪੁਰਾਣੇ ਮਤਲਬ ਅਜੇ ਤੋਂ 30-40-50 ਸਾਲ ਪਹਿਲਾਂ ਦੇ ਗਏ ਹੋਏ ਆ ਹੂੰ ਹੂੰ ਉਹਨਾਂ ਮਤਲਬ ਇੰਨੀ ਦੇਸੀ ਬੋਸਾ ਯੂਜ਼ ਕਰਦੇ ਸੀਗਾ ਹੂੰ ਹੂੰ ਤੇ ਹਨ ਨਹੀਂ ਹੁੰਦੀ ਸੀ ਕਿ ਅਸੀਂ ਤਾਂ ਡਰਦੇ ਬੋਲਦੇ ਨਹੀਂ ਸੀ ਪੰਜਾਬੀ ਉਹਨਾਂ ਨਾਲ ਹੂੰ ਤੇ ਪਰ ਉਹ ਇੰਨੀ ਦੇਸੀ ਬੋਸਾ ਯੂਜ਼ ਕਰਦੇ ਸੀ ਨਾ ਸਾਨੂੰ ਖੁਸ਼ੀ ਬਹੁਤ ਹੋਈ ਹਾਂਜੀ ਵੀ ਤਿੰਨਾਂ ਜੁੜੇ ਹੋਏ ਆ ਦੇ ਕਲਚਰ ਨਾਲ ਹਾਂਜੀ ਉਹ ਜਿਵੇਂ ਕੋਲ ਡਰਿੰਕ ਨੂੰ ਬੱਤਾ ਕਹਿੰਦੇ ਸੀ ਹਾਂਜੀ ਹਾਂਜੀ ਤੇ ਬੜਾ ਇਹੋ ਜਿਹੀ ਗੱਲਾਂ ਬੋਲਦੇ ਸੀ ਸਾਨੂੰ ਬੜੀ ਖੁਸ਼ੀ ਹੁੰਦੀ ਸੀ ਹਾਂਜੀ ਦੇਖ ਤੁਸੀਂ ਹੁਣ ਕਹਿ ਰਹੇ ਹੋ ਵੀ ਜਿਹੜੇ ਹੁਣ ਮੁੰਡੇ ਆਉਣਗੇ ਉਹ ਇੱਥੇ ਆਉਦੀ ਸਪੈਸ਼ਲਿਟੀ ਡਿਗਰੀ ਕਰਨਗੇ ਮਾਸਟਰ ਡਿਗਰੀ ਕਰਨਗੇ ਉਹ ਆਪਦੀ ਭਾਸ਼ਾ ਨਾਲ ਟੁੱਟ ਜਾਣਗੇ ਪਰ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੇ ਪਹਿਲਾਂ ਆਏ ਸੀਗੇ ਮੈਨੂੰ ਨਹੀਂ ਪਤਾ ਤੁਸੀਂ ਕਦੋਂ ਆਏ ਹੋ ਹਾਂਜੀ ਉਹ ਤਾਂ ਅਜ ਤੋਂ ਜਿਹੜੇ 30 35 40 ਸਾਲ ਪਹਿਲਾਂ ਦੇ ਗਏ ਵੇ ਆ ਉਹ ਕਿਉਂ ਨਹੀਂ ਟੁੱਟੇ ਜੀ ਉਹਨਾਂ ਨੇ ਵੀ ਤਾਂ ਆਪਦਾ ਸਾਰਾ ਸਾਰੀ ਜ਼ਿੰਦਗੀ ਇੱਥੇ ਲਾਤੀ ਉਹ ਵੀ ਤਾਂ ਇੰਨਾ ਜੁੜੇ ਆ ਆਪਦੀ ਪੰਜਾਬੀ ਭਾਸ਼ਾ ਦੇ ਨਾਲ ਤੇ ਕਲਚਰ ਨਾਲ ਹਾਂਜੀ ਇਹ ਬਹੁਤ ਵਧੀਆ ਕੁਐਸਚਨ ਹੈ ਜੀ ਮੈਨੂੰ 16 ਸਾਲ ਹੋਏ ਨੇ ਮੈਂ ਸਨ 6 ਚ ਇੱਥੇ ਆਇਆ ਸੀਗਾ ਤਾਂ ਮੇਰਾ ਉਸ ਤਰ੍ਹਾਂ ਦੇ ਲੋਕਾਂ ਨਾਲ ਵੀ ਬਹੁਤ ਵਾਹ ਹੈ ਅਜੇ ਤੱਕ ਹੈਗਾ ਉਹ ਲੋਕ ਬਹੁਤ ਹੈਗੇ ਇੱਥੇ ਉਹਨਾਂ ਚ ਵੱਡੀ ਗੱਲ ਇਹ ਹੈ ਜੀ ਮੈਂ ਦੋਖ ਕਾਰਨ ਇਹ ਦੇਖੇ ਨੇ ਕਿ ਇੱਕ ਤਾਂ ਉਹ ਲੋਕ ਜਿਹੜੇ ਆਏ ਸੀ ਨਾ ਉਹ ਲੋਕ ਜ਼ਿਆਦਾ ਪੜੇ ਲਿਖੇ ਨਹੀਂ ਸੀਗੇ ਕਿਉਂਕਿ ਉਦੋਂ ਜਿਹੜੇ ਪੜ੍ਹ ਲਿਖ ਜਾਂਦੇ ਸੀ ਉਹ ਇੰਡੀਆ 'ਚ ਜੌਬ ਕਰਨ ਲੱਗ ਜਾਂਦੇ ਸੀ ਆਉਂਦੇ ਨਹੀਂ ਸੀਗੇ ਆ ਆਮ ਤੌਰ ਤੇ ਤਕੜੇ ਲੋਕ ਅਤੇ ਥੋੜਾ ਜਿਹਾ ਘੱਟ ਪੜਿਆ ਲਿਖਿਆ ਤਬਕਾ ਹੀ ਆਉਂਦਾ ਸੀ ਤੇ ਉਹਨਾਂ ਨੇ ਇੱਥੇ ਆ ਕੇ ਆਪਣੇ ਕਾਰੋਬਾਰ ਬਣਾਏ ਮਿਹਨਤਾਂ ਕੀਤੀਆਂ ਘਰ ਬਣਾਏ ਸਭ ਕੁਝ ਬਣਾਇਆ ਪਰ ਇਹ ਵੀ ਗੱਲ ਇੱਕ ਨਾਲ ਹੈਗੀ ਆ ਕਿ ਉਹਨਾਂ ਉਹਨਾਂ ਦੇ ਲਿੰਕ ਦੇ ਵਿੱਚ ਬੰਦੇ ਪੰਜਾਬੀ ਸੀਗੇ ਉਹਨਾਂ ਦਾ ਬਾਹਰ ਲੀਆਂ ਕੌਮਾਂ ਨਾਲ ਬੜਾ ਲਿੰਕ ਵੀ ਨਹੀਂ ਬਣਿਆ ਤੇ ਇਸ ਕਰਕੇ ਉਹ ਐਨੇ ਕਾਲ ਰੇਟ ਮਹਿੰਗੀ ਸੀ ਨਾਲੇ ਕਾਲ ਰੇਟ ਵੀ ਮਹਿੰਗੀ ਸੀ ਇਸ ਕਰਕੇ ਉਹ ਲੋਕ ਨਾ ਉਹਨੇ ਦੇਸੀ ਰਹਿ ਸਕਣ ਚ ਕਾਮਯਾਬ ਹੋ ਗਏ ਹੁਣ ਇਦਾਂ ਹੈ ਨਹੀਂ ਹੁਣ ਤਾਂ ਬੱਚੇ ਤੁਸੀਂ ਦੇਖੋ ਹੁਣ ਪਿੰਡਾਂ ਦੇ ਜਵਾਬ ਆਉਂਦੇ ਨੇ ਉਹ ਆਮ ਤੌਰ ਤੇ ਕੌਨਵੈਂਟਾਂ ਦੇ ਪੜੇ ਹੁੰਦੇ ਨੇ ਹੁਣ ਤਾਂ ਮੈਂ ਜਦੋਂ ਦੇਖਦਾ ਬੱਚਿਆਂ ਨੂੰ ਗਿਣਤੀ ਨਹੀਂ ਆਉਂਦੀ ਪੰਜਾਬੀ ਵਿੱਚ ਬੱਚਿਆਂ ਨੂੰ 79 ਤੇ 99 ਦਾ ਨਹੀਂ ਪਤਾ ਸੱਜੇ ਖੱਬੇ ਦਾ ਨਹੀਂ ਪਤਾ ਪੰਜਾਬ ਚ ਰਹਿੰਦੇ ਆ ਨਾ ਜੀ ਪੰਜਾਬ ਚ ਰਹਿੰਦੇ ਸਾਡੇ ਆਪ ਦੇ ਬੱਚੇ ਵੀ ਆ ਨਾ ਜੀ ਹਾਂ ਜੀ ਕਈ ਵਾਰੀ ਮੈਂ ਜਾਣ ਕੇ ਘਰੇ ਬੋਲਦਾ ਹੁੰਨਾ 98 99 ਕੁਝ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਬੱਚੇ ਕਹਿੰਦੇ ਪਾਪਾ 89 98 ਕਿ ਰੱਖ ਕਿਉਂ ਹਾਂ ਜੀ ਉਹਨਾਂ ਨੂੰ ਪਤਾ ਨਹੀਂ ਫਿਰ ਹਾਂ ਜੀ ਹਾਂ ਜੀ ਨਾਲੇ ਮੈਂ ਬਹੁਤ ਪੰਜਾਬੀ ਘਰੇ ਬੋਲਦਾ ਹਾਂ ਜੀ ਸੋ ਇਹ ਆ ਜੀ ਇਹਨਾਂ ਦੀ ਬਹੁਤ ਕਹਾਣੀ ਹੁਣ ਮੈਂ ਤੁਹਾਨੂੰ ਇੱਕ ਹੋਰ ਇੱਥੇ ਛੋਟੀ ਜੀ ਗੱਲ ਦੱਸ ਦਿੰਨਾ ਕਿ ਮੈਨੂੰ ਇੱਕ ਬਜ਼ੁਰਗ ਮਿਲੇ ਜਿਨ੍ਹਾਂ ਦੇ ਪਿਤਾ ਅਤੇ ਦਾਦਾ ਇੰਗਲੈਂਡ ਚ ਸੀਗੇ ਮਤਲਬ 1940ਵਿਆਂ ਤੋਂ ਲੈ ਕੇ ਓਕੇ ਜੀ ਉਹ ਕਹਿੰਦੇ ਵੀ ਸਾਡੇ ਦਾਦੇ ਨੂੰ ਵਰ੍ਹਸ਼ਾ ਦੀ ਹੀ ਜ਼ਬਾਨੀ ਯਾਦ ਸੀਗੀ ਵਾਹ ਜੀ ਬਾਕੀ ਤੇ ਬੁੱਲੇ ਸ਼ਾਹ ਦਾ ਕਲਾਮ ਯਾਦ ਸੀ ਬਹੁਤ ਸਾਰੀ ਗੁਰਬਾਣੀ ਯਾਦ ਸੀ ਠੀਕ ਆ ਤੇ ਉਹ ਕਹਿੰਦੇ ਵੀ ਉਹ ਬਹੁਤ ਘੱਟ ਪੜੇ ਲਿਖੇ ਸੀਗੇ ਉਹਨਾਂ ਨੇ ਉਸ ਜ਼ਮਾਨੇ ਚ ਪੰਜ ਕਪਾਸ ਕੀਤੀਆਂ ਸੀ ਬਸ ਦੇ ਪੰਜ ਤਾਂ ਬਹੁਤ ਸੀ ਤੇ ਹਾਂ ਅੱਜ ਦੇ ਜ਼ਮਾਨੇ 'ਚ ਮੈਨੂੰ ਕਦੇ ਕੋਈ ਬੰਦਾ ਐਸਾ ਮਿਲਿਆ ਹੀ ਨਹੀਂ ਜਿਹੜਾ ਇਸ ਤਰ੍ਹਾਂ ਦਾ ਕੁਝ ਜੀ ਨੂੰ ਯਾਦ ਹੋਵੇ ਹੈ ਹੀ ਨਹੀਂ ਕੋਈ ਮਿਲਦਾ ਹੀ ਨਹੀਂ ਕੋਈ ਹਾਂ ਐਵੇਂ ਪੰਜਾਬੀ ਨੂੰ ਨਹੀਂ ਚੀਜ਼ਾਂ ਆਉਂਦੀਆਂ ਹਾਂ ਫਿਰ ਹੁਣ ਇਹ ਚੀਜ਼ਾਂ ਨੇ ਜੀ ਕਿ ਅਸਲ ਦੇ ਵਿੱਚ ਉਹ ਲੋਕ ਨਾ ਉਹ ਲੋਕ ਅਸਲ ਦੇ ਵਿੱਚ ਉਹਨਾਂ ਦਾ ਨਾ ਕਿਸੇ ਹੋਰ ਭਾਸ਼ਾ ਨਾਲ ਵਾਹੇ ਨਹੀਂ ਸੀ ਪਿਆ ਉਹ ਇੱਕੋ ਭਾਸ਼ਾ 'ਚ ਹੀ ਕੰਮ ਕਰਦੇ ਰਹੇ ਇਸ ਕਰਕੇ ਉਹ ਕਾਮਯਾਬ ਰਹੇ ਦੇਸੀ ਭਾਸ਼ਾ ਉਹਨਾਂ 'ਚ ਸੀਗੀ ਹੁਣ ਇਹ ਹੈ ਨਹੀਂ ਹੁਣ ਜਿਹੜੇ ਲੋਕ ਆਉਂਦੇ ਨੇ ਉਹ ਜ਼ਿਆਦਾਤਰ ਹਿੰਦੀ ਅਤੇ ਅੰਗਰੇਜ਼ੀ ਦੀ ਟੋਨ 'ਚ ਹੀ ਆਉਂਦੇ ਨੇ ਤੇ ਹੁਣ ਉਹ ਇੱਕ ਇੱਕ ਡਰ ਵੀ ਆ ਨਾ ਵੀ ਸਾਨੂੰ ਕੋਈ ਆਏ ਨਾ ਕਹਿ ਦੇ ਵੀ ਇਹ ਅਨਪੜ੍ਹ ਆ ਜਾਂ ਦੇਸੀ ਆ ਹੁਣ ਤਾਂ ਇਹ ਚੀਜ਼ ਨੂੰ ਹੁਣ ਤਾਂ ਇਹ ਚੀਜ਼ ਨੂੰ ਮਾੜਾ ਗਿਣਦੇ ਨੇ ਪਹਿਲਾਂ ਤਾਂ ਚੰਗਾ ਗਿਣਿਆ ਜਾਂਦਾ ਸੀਗਾ ਮੈਂ ਤੁਹਾਨੂੰ ਆਪਦੀ ਗੱਲ ਦੱਸ ਦਤਾਂ ਜੀ ਮੈਂ ਨਵेश ਇੱਕ ਹਾਂ ਟੀਚਰ ਸਰਕਾਰੀ ਸਕੂਲ ਦੇ ਵਿੱਚ ਹਾਂਜੀ ਤੇ ਮੈਂ ਮਤਲਬ ਉਹੀ ਗੱਲ ਹੁੰਦੀ ਆ ਵੀ ਚੇਕਰ ਸਾਹਮਣੇ ਵਾਲਾ ਬੰਦਾ ਅੰਗਰੇਜ਼ੀ ਕੋਟਨ ਵਾਲਾ ਤੇ ਉਹਦੇ ਨਾਲ ਅੰਗਰੇਜ਼ੀ ਬੋਲ ਲੋ ਹਾਂਜੀ ਨਹੀਂ ਬੋਲ ਸਕਦਾ ਤੁਸੀਂ ਉਹਦੇ ਨਾਲ ਤਾਂ ਬੋਲੋ ਪੰਜਾਬੀ ਹਾਂਜੀ 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 ਠੀਕ ਹੈ ਨਾ ਹੋਰ ਪਾਸ਼ਾ ਜੇ ਕੋਈ ਚੰਗਾ ਬਲਾ ਪੰਜਾਬੀ ਹੈ ਟਰਬਨ ਬੰਨੀ ਹੈ ਠੀਕ ਹੈ ਜੀ ਗੱਲ ਜੇ ਆਪਾਂ ਨੂੰ ਪਤਾ ਇਤਲਾ ਚੰਪਾ ਲੋ ਬੋਲ ਸਕਦਾ ਪੰਜਾਬੀ ਉਹਨਾਂ ਨੂੰ ਤੁਸੀਂ ਪੰਜਾਬੀ ਚ ਬੋਲੋ ਤੇ ਜਵਾਕ ਕਈ ਵਾਰ ਸਾਡੀ ਮੀਟਿੰਗ ਹੁੰਦੀ ਸੀ ਨਾ ਪੇਰੈਂਟਸ ਮੀਟਿੰਗ ਹਾਂਜੀ ਤੇ ਸਪੈਸ਼ਲ ਕਹਿੰਦੇ ਸੀ ਪਾਪਾ ਤੁਸੀਂ ਨਾਲ ਹੋ ਜੀ ਤੁਸੀਂ ਉੱਥੇ ਪੰਜਾਬੀ ਬੋਲੋਗੇ ਹੂੰ ਮਤਲਬ ਇਹ ਗੱਲ ਬਹੁਤ ਹਲਦੀ ਜਵਾਕ ਉਹ ਜੀ ਤੁਸੀਂ ਕਿਹਾ ਵੀ ਮੈਂ ਤਾਂ ਕੱਲ ਨੂੰ ਦੇਸੀ ਕਹਿਣਗੇ ਹਾਂਜੀ 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 ਕਿਉਂ ਗੱਲ ਹੈ ਬਿਲਕੁਲ ਹਾਂਜੀ ਤੇ ਇੱਕ ਇਹ ਦੱਸੋ ਵੀ ਜਿਹੜੇ ਆਪਣੇ ਇਤਰੋਂ ਮੁੰਡੇ ਜਾਂਦੇ ਆ ਉਤਰ ਇਹ ਨੂੰ ਮਤਲਬ ਜਿਵੇਂ ਨਾ ਅੱਜ ਕੱਲ ਬੜੀਆਂ ਨਿਊਜ਼ ਆਉਂਦੀਆਂ ਦੂਜੇ ਤੀਜੇ ਤੇ ਨਹੀਂ ਆਉਂਦੀ ਆ ਖਬਰ ਹਾਂਜੀ ਕਿ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਜੀ ਹਾਂਜੀ ਕਿਸੇ ਨੂੰ ਬ੍ਰੇਨ ਹੈਮਰੇਜ ਹੋ ਗਿਆ ਜੀ ਹਾਂਜੀ ਇਹਦਾ ਵੀ ਤੁਸੀਂ ਇਹ ਕਾਰਨ ਸਮਝਦੇ ਹਾਲਕਿ ਭਾਸ਼ਾ ਤੋਂ ਹਟ ਕੇ ਵੱਖਰਾ ਸੁਭਾਅ ਹਾਂਜੀ ਇਹਦਾ ਦਿਲਚਸਪ ਹੈ ਕਿ ਬਹੁਤ ਲੋਕ ਕੁਝ ਵੀ ਰਹੇ ਆ ਅੱਜ ਕੱਲ੍ਹ ਹਾਂਜੀ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਹੀ ਹੈ ਇਹ ਗੱਲ ਇਹਦਾ ਹੋ ਰਿਹਾ ਕੈਨੇਡਾ ਚ ਤੁਸੀਂ ਕੀ ਕਰਨ ਸਮਝਦੇ ਹੋ ਇਹਦਾ ਜਿੰਨਾ ਕਿ ਮੈਨੂੰ ਪਤਾ ਲੱਗਾ ਜੀ ਜਿੰਨਾ ਕਿ ਮੇਰੇ ਦਾਇਰੇ ਦੇ ਵਿੱਚ ਮੈਂ ਲੋਕਾਂ ਤੋਂ ਗੱਲਾਂ ਸੁਣੀਆਂ ਹਨ ਉਹਦੀਆਂ ਉਹ ਗੱਲਾਂ ਇਹੇ ਨੇ ਜੀ ਦੋ ਤਿੰਨ ਗੱਲਾਂ ਇਹਦੇ ਚ ਮੈਨੂੰ ਸਮਝ ਲੱਗੀਆਂ ਨੇ ਇੱਕ ਤਾਂ ਜੀ ਇਹ ਆ ਕਿ ਸਟ੍ਰੈਸ ਹੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਹਾਂਜੀ ਬਿਲਕੁਲ ਬਿਲਕੁਲ ਮੈਂ ਵੀ ਇਹ ਕਾਰਨ ਦੱਸਿਆ ਹਾਂ ਕਿਉਂਕਿ ਮੰਨ ਲਓ ਹਣਾ ਜਿੱਦਾਂ ਹੁਣ ਮੈਨੂੰ 16 ਸਾਲ ਹੋ ਗਏ ਮੈਨੂੰ ਮੈਂ ਸਟਰਗਲ ਚ ਹਜੇ ਤੱਕ ਸਟਰਗਲ ਚੱਲੀ ਜਾਂਦਾ ਹਣਾ ਤਾਂ ਜਦੋਂ ਬੱਚੇ ਆਉਂਦੇ ਆ ਹਨਾ ਉਹ ਆ ਕੇ ਦੇਖਦੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਤੋਂ 5-6 ਸਾਲ ਪਹਿਲਾਂ ਆਏ ਨੇ ਹਨਾ ਤਾਂ ਉਹ ਦੇਖਦੇ ਨੇ ਕਿ ਯਰੇ ਅਜੇ ਤੱਕ ਇਦਾਂ ਹੀ ਤੁਰਿਆ ਫਿਰਦੇ ਤਾਂ ਕੁਝ ਬਣਿਆ ਨਹੀਂ ਵੀ ਮੈਂ ਤਾਂ ਅੱਜ ਆਇਆ ਮੇਰਾ ਬਣ ਜੂ ਓਕੇ ਸੋ ਇੱਕ ਤਾਂ ਇਹ ਪ੍ਰੈਸ਼ਰ ਪੈਂਦਾ ਬਹੁਤ ਜ਼ਿਆਦਾ ਦੂਸਰੇ ਇੱਕ ਨਾ ਪੁਰਾਣੀ ਆਦਤ ਹੈ ਲੋਕਾਂ ਨੂੰ ਅਜੇ ਵੀ ਕਈਆਂ ਦੇ ਮਨ 'ਚ ਆ ਵੀ ਪਹਿਲਾਂ ਨਾ ਅੱਜ ਤੋਂ 20 ਸਾਲ ਪਹਿਲਾਂ 25-30 ਸਾਲ ਪਹਿਲਾਂ ਲੋਕ ਡਾਲਰ ਨੂੰ ਰੁਪਈਆਂ ਨਾਲ ਗੁਣਾ ਕਰਕੇ ਦੇਖਦੇ ਸੀਗੇ ਹਾਂਜੀ ਤੇ ਜਦੋਂ ਉਦੋਂ ਗੁਣਾ ਕਰਦੇ ਸੀ ਉਦੋਂ ਗੱਲ ਵੱਡੀ ਹੋ ਜਾਂਦੀ ਸੀ ਹੁਣ ਗੁਣਾ ਕਰਦੇ ਨੇ ਉਹ ਗੱਲ ਬਰਾਬਰ ਹੈ ਛੋਟੀ ਰਹਿ ਜਾਂਦੀ ਹੈ ਕਈ ਵਾਰੀ ਹਾਂਜੀ ਫਿਰ ਉਹਨਾਂ ਨੂੰ ਡਰ ਲੱਗਦਾ ਠੀਕ ਹੈ ਦੂਸਰਾ ਇੱਕ ਤਾਂ ਇਹ ਹੀ ਵੱਡੀ ਗੱਲ ਹੈ ਇੱਕ ਮੈਨੂੰ ਕਾਰਨ ਹੋਰ ਵੀ ਲੱਗਦਾ ਜੀ ਕਿ ਜਦੋਂ ਨਾ ਬੱਚੇ ਇੱਥੇ ਆਉਂਦੇ ਨੇ ਤਾਂ ਇਹਨਾਂ ਤੋਂ ਇਹ ਐਨੇ ਬਿਜ਼ੀ ਰਹਿੰਦੇ ਨੇ ਕੰਮਾਂ ਤੇ ਜਾਂਦੇ ਨੇ ਪੜ੍ਹਦੇ ਨੇ ਹੋਰ ਵੀ ਕੰਮ ਕਰਦੇ ਨੇ ਇਨਾਂ ਦੀਆਂ ਨੀਂਦਾਂ ਪੂਰੀਆਂ ਨਹੀਂ ਹੁੰਦੀਆਂ ਇੱਕ ਕਿਉਂਕਿ ਇਹ ਨਵੇਂ ਇੱਕੇ ਨਵੇਂ-ਨਵੇਂ ਪੇਰੈਂਟਸ ਦੇ ਛਾਵੇਂ ਚੋਂ ਨਿਕਲ ਕੇ ਆਏ ਹੋਏ ਹੁੰਦੇ ਆ ਹਨਾ ਇਹ ਕਿਸੇ ਵੀ ਕਿਸਮ ਦੇ ਤੱਕੇ ਨੂੰ ਸਹਿਣ ਦੇ ਲਾਇਕ ਨਹੀਂ ਹੁੰਦੇ ਤੇ ਉਹ ਸਟ्रेस ਪਈ ਹੋਈ ਹੁੰਦੀ ਆ ਤੇ ਇਹਨਾਂ ਤੋਂ ਨਾ ਖਾਣ ਪੀਣ ਦਾ ਬੈਲੈਂਸਿੰਗ ਰੱਖ ਹੁੰਦਾ ਇਹ ਜੰਕ ਫੂਡ ਖਾਂਦੇ ਆ ਬਿਲਕੁਲ ਬਿਲਕੁਲ ਜਿਵੇਂ 버ਗਰ ਪਿੱਛੇ ਖਾਣੇ ਹਨਾ ਉਹ ਚੀਜ਼ਾਂ ਮਾੜੀਆਂ ਹੁੰਦੀਆਂ ਉਹਦਾ ਵੀ ਅਸਰ ਪੈਂਦਾ ਤੇ ਇੱਕ ਇਹ ਇਹ ਤਾਂ ਚਲੋ ਫੇਰ ਤੁਸੀਂ ਦੱਸ ਰਹੇ ਹੋ ਕਿ ਹਾਰਟ ਅਟੈਕ ਹੋ ਗਿਆ ਜਾਂ ਬ੍ਰੇਨ ਹੈਮਰੇਜ ਹੋ ਗਈ ਹੈ ਨਾ ਪ੍ਰੈਸ਼ਰ ਬਹੁਤ ਜ਼ਿਆਦਾ ਓਵਰ ਆਲ ਵੀ ਨਾ ਜੀ 10 ਚੋਂ 8 9 ਬੱਚੇ ਡਿਪਰੈਸ਼ਨ ਦਾ ਸ਼ਿਕਾਰ ਤਾਂ ਇਹ ਹੋ ਹੀ ਜਾਂਦੇ ਨੇ ਹਾਂਜੀ ਪੁਨੀਸ਼ਾ ਮੈਨੂੰ ਨਾ ਇੱਕ ਗੱਲ ਮੈਂ ਅਕਸਰ ਕਹਿੰਦਾ ਹੁੰਦਾ ਇੱਥੇ ਮੈਂ ਕਹਿੰਦਾ ਹੁੰਦਾ ਵੀ ਇੱਕ ਜੇਕਰ ਇਹ ਬੱਚੇ ਚਾਰ ਚਾਰ ਜਾਣੇ ਨਾ ਰਹਿੰਦੇ ਹੁਣ ਬੇਸਮੈਂਟ 'ਚ ਹਾਂਜੀ ਇਹ ਤੇ ਖੁਦਕੁਸ਼ੀ ਦੇ ਦਰ ਵੀ ਵੱਧ ਜੇ ਇਹ ਗੱਲ ਸੱਚੀ ਕਹੀ ਹੈ ਤੁਸੀਂ ਸਪੋਰਟ ਕਰਦੇ ਆ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਸਪੋਰਟ ਕਰਦੇ ਨੇ ਹਾਂਜੀ 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 ਇਹ ਗੱਲ ਸਹੀ ਹੈ ਜਿਸ ਦਿਨ ਕਿਸਦਾ ਕੋਈ ਸਿਰ ਤੋਂ ਕਿਤਾਬਾਰ ਹੈ ਦੂਜਾ ਰੋਟੀ ਬਣਾ ਲੈਂਦਾ ਉਹਦੀ ਥਾਂ ਤੇ ਹਾਂਜੀ ਚੱਲ ਜਾਂਦਾ ਰਲ ਮਿਲ ਕੇ ਕਿਸੇ ਨੂੰ ਕੋਈ ਦਿਹਾੜੀ ਨਹੀਂ ਵੀ ਮਿਲੀ ਕਿਤੇ ਨਹੀਂ ਵੀ ਜਾਇਆ ਜਾਂਦਾ ਹੋਰ ਦਵਾਈ ਦੂਹੀ ਵੀ ਦੇ ਦਿੰਦੇ ਆ ਤਾਂ ਖਿਆਲ ਰੱਖ ਲੈਂਦੇ ਰਲ ਮਿਲ ਕੇ ਚੱਲ ਜਾਂਦਾ ਇਹ ਕਿਰਾਨੇ ਨਾ ਨਾ ਉਹ ਕੱਲਾ ਬੰਦਾ ਇੱਕ ਮੈਨੂੰ ਇੱਕ ਇਹ ਗੱਲ ਵੀ ਬਹੁਤ ਲੱਗਦੀ ਹੈ ਜੀ ਮਾਪੇ ਨਾ ਇੱਥੇ ਮਤਲਬ ਭੇਜ ਕੇ ਇਹ ਸਮੇਂ ਤੇ ਆ ਵੀ ਉੱਥੇ ਉਹ ਸੋਨੇ ਦੀ ਖਾਨ ਚ ਬੈਠਾ ਹਾਂਜੀ ਠੀਕ ਹੈ ਜੀ ਪੜੂਗਾ ਤੇ ਦੋ ਹੀਰੇ ਚੱਕੂਗਾ ਇੱਕ ਸਾਨੂੰ ਭੇਜ ਦੂਗਾ ਇੱਕ ਆਪ ਰੱਖ ਲੂਗਾ ਜੋ ਕਿ ਸ਼ਰਯਮ ਝੂਠ ਹੈ ਜੀ ਬਹੁਤ ਗੱਲ ਹੈ ਉਹ ਇਦਾਂ ਇੱਥੇ ਕਦੇ ਨਹੀਂ ਹੋਣਾ ਜੀ ਉਹ ਬਹੁਤ ਮੁਸ਼ਕਲ ਕੰਮ ਹੈ ਕਿਉਂਕਿ ਪਹਿਲੀ ਗੱਲ ਤਾਂ ਇਹ 1980 ਜਾਂ 1990 ਨਹੀਂ ਹੈਗਾ ਕਿ ਪੈਸੇ ਬਣਨਗੇ ਤੇ ਬੰਦਾ ਇੰਡੀਆ ਭੇਜੂਗਾ ਤੇ ਕੋਈ ਕਮਾਲ ਹੋ ਜਾਣੀ ਆ ਉਹ ਹੁਣ ਹੋਣੀ ਨਹੀਂ ਹਾਂਜੀ ਦੂਸਰੇ ਪ੍ਰੈਸ਼ਰ ਤਾਂ ਪਾਉਂਦੇ ਨੇ ਕਿਉਂਕਿ ਪ੍ਰੈਸ਼ਰ ਉਹ ਪਾਉਣਗੇ ਹੀ ਕਿਉਂਕਿ ਕਈ ਵਾਰੀ ਉਹ ਬਹੁਤ ਖਰਚਾ ਕਰਕੇ ਭੇਜਦੇ ਆ ਉਹਨਾਂ ਦਾ ਫੇਰ ਖਰਚਾ ਸਾਰਾ ਹੋਇਆ ਹੁੰਦਾ ਨਾ ਮੈਂ ਤੁਹਾਨੂੰ ਇੱਕ ਹਰਾਨੀ ਵਾਲੀ ਗੱਲ ਦੱਸਦਾ ਇੱਕ ਚਟੋਕ ਤੇ ਮੈਂ ਨਾ ਵੋਟਾਂ ਬਣਾ ਰਿਆ ਸੀਗੇ ਜੀ ਹਾਂਜੀ ਚੈੱਕ ਕਰ ਰਿਆ ਸੀ ਵੋਟਾਂ ਦੇ ਕਿਹੜੇ ਘਰ ਦੀਆਂ ਕੱਟਣ ਵਾਲੀਆਂ ਕੋਈ ਬਣਾਉਣ ਵਾਲੀਆਂ ਹਾਂਜੀ ਹਾਂਜੀ ਤੇ ਮੈਂ ਇੱਕ ਨੂੰ ਪੁੱਛਿਆ ਵੀ ਆਹ ਘਰ ਕਿੱਥੇ ਹੈ ਜੀ ਕਹਿੰਦੇ ਇਹ ਤਾਂ ਘਰ ਵੇਚ ਗਏ ਅੱਛਾ ਮੈਂ ਕਿਹਾ ਵੇਚਿਆ ਤਾਂ ਹੁਣ ਐ ਵੀ ਪੱਟਾ ਲੈ ਲਿਆ ਹੁਣ ਆਸ-ਪਾਸੇ ਜਾਂ ਕੁਝ ਹੋਰ ਹੂੰ ਹੂੰ ਕਿਸੇ ਨੇ ਜੀ ਇਹਨਾਂ ਨੇ ਮੁੰਡਾ ਵਾਰ ਭੇਜਣਾ ਸੀ ਤੇ ਇਹਨਾਂ ਨੇ ਘਰ ਵੇਚਤਾ ਤੇ ਆਪ ਕਿਰਾਏ ਤੇ ਰਹਿ ਰਹੇ ਐ ਐ ਬਹੁਤ ਲੋਕਾਂ ਨਾਲ ਹੋਈ ਐ ਇਦਾਂ ਬੜੀ ਬੜੀ ਹਰਾਨੀ ਹੋਈ ਜੀ ਹਾਂਜੀ ਹਾਂਜੀ ਬਹੁਤ ਲੋਕਾਂ ਨਾਲ ਹੋਈ ਐ ਇਦਾਂ ਹਾਂਜੀ ਤੇ ਉਹ ਬੱਚੇ ਨੇ ਇੱਥੇ ਪ੍ਰੈਸ਼ਰ 'ਚ ਐਨੇ ਪ੍ਰੈਸ਼ਰ 'ਚ ਫਿਰਦੇ ਨੇ ਬੱਚੇ ਉਹ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵੀ ਦੱਸਦਾ ਉਹ ਵੀ ਇੱਥੇ ਹੋ ਰਹੀ ਆ ਕਈ ਵਾਰੀ ਨਾ ਸਾਡੇ ਆਪਣੇ ਏਮਪਲੋਇਰ ਖਾਸ ਤੌਰ ਤੇ ਪੰਜਾਬੀ ਏਮਪਲੋਇਰ ਨੇ ਜਿਹੜੇ ਇਹ ਇਹ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਗੋਰਾ ਏਮਪਲੋਇਰ ਪੈਸੇ ਦੇ ਦਿੰਦਾ ਕਈ ਵਾਰੀ ਪੰਜਾਬੀ ਏਮਪਲੋਇਰ ਕੀ ਕਰਦਾ ਨਾ ਕਿਉਂਕਿ ਮੈਨੂੰ ਤੁਹਾਨੂੰ ਗੱਲ ਪੁੱਛਣ ਵੀ ਲੱਗਿਆ ਸੀ ਕਿ ਕੋਈ ਵਿਵਾਦ ਨਾ ਬਣ ਚੇ ਪੈਸੇ ਮਾਰ ਜਾਂਦੇ ਆ ਨਹੀਂ ਸੱਚਾਈ ਆ ਜੀ ਸੱਚਾਈ ਆ ਦੇਖੋ ਉਹਦੇ 'ਚ ਲਾਲਚ ਬੱਚਿਆਂ ਦਾ ਵੀ ਹੁੰਦਾ ਕਿਉਂਕਿ ਬੱਚਿਆਂ ਨੂੰ ਇੱਕ ਲਿਮਿਟਡ ਆਵਰਸ ਦੇ ਕੰਮ ਮਿਲਦਾ ਉਦੋਂ ਵੱਧ ਉਹ ਕਰ ਨਹੀਂ ਸਕਦੇ ਨਾ ਦਿਖਾ ਸਕਦੇ ਨੇ ਗਵਰਨਮੈਂਟ ਨੂੰ ਕਿ ਅਸੀਂ ਇੰਨਾ ਕੰਮ ਕੀਤਾ ਹਨਾ ਤਾਂ ਉਹ ਫਿਰ ਹਾਂ ਫਿਰ ਪੰਜਾਬੀ ਬੰਦੇ ਇੱਕ ਕਰਦੇ ਨੇ ਅਸੀਂ ਤੁਹਾਨੂੰ ਕੰਮ ਦੇ ਦਾਂਗੇ ਲੇਕਿਨ ਪੇਪਰ 'ਚ ਨਾ ਪਾਵਾਂਗੇ ਕੈਸ਼ ਕੰਮ ਕਰਾਵਾਂਗੇ ਉਹ ਕੈਸ਼ ਆਮ ਤੌਰ ਤੇ ਅੱਧੀ ਪ੍ਰਾਈਸ ਹੀ ਹੁੰਦੀ ਆ ਆਮ ਤੌਰ ਤੇ ਕਈ ਵਾਰੀ ਤਾਂ ਦਿੰਦੇ ਹੀ ਨਹੀਂ ਉਹ ਦਿੰਦੇ ਉਹ ਦਿੰਦੇ ਤਾਂ ਨਹੀਂ ਵੀ ਸਾਡੇ ਕੋਲ ਫਸਿਆ ਰਹੂਗਾ ਵੀ ਜੇ 4 ਪੈਸੇ ਦੀ ਸਾਹਮ ਕੇ ਰੱਖਾਂਗੇ ਇਹਦੇ ਨਾ ਦੱਬ ਕੇ ਰੱਖਾਂਗੇ ਫਿਰ ਇਹ ਕਿਤੇ ਨਹੀਂ ਜਾਂਦਾ ਸਾਡੇ ਕੋਲ ਆਈ ਜਾਈ ਜਾਊਗਾ ਸੋ ਇਸ ਤਰ੍ਹਾਂ ਸ਼ੋਸ਼ਣ ਬਹੁਤ ਬੱਚਿਆਂ ਦਾ ਇੱਥੇ ਹੋ ਰਿਹਾ ਇਹ ਸਚਾਈ ਆ ਬਹੁਤ ਮਾੜੀ ਗੱਲ ਇਹ ਮਾੜੀ ਗੱਲ ਆ ਤੇ ਸਾਡੇ ਬੰਦੇ ਕਰਦੇ ਆ ਗੱਲ ਕਰਨ ਵਾਲੀ ਹੈ ਜੀ ਇੱਕ ਤਾਂ ਚਲ ਥੈਂਕ ਯੂ ਤੇ ਸੌਰੀ ਬਹੁਤ ਕਹਿੰਦੇ ਆ ਗਲਤ ਗੱਲ ਤੇ ਹਾਂਜੀ 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 ਬਹੁਤ ਚੀਜ਼ ਹੈ ਤੇ ਇੱਕ ਚੀਜ਼ ਇਹ ਵੀ ਹੈ ਇਹਨਾਂ ਦੀ ਇਮਾਨਦਾਰੀ ਵੀ ਮੰਨੀ ਗਈ ਸੀ ਕਿਉਂ ਇੱਥੇ ਕੋਈ ਇੰਡੀਆ ਚ ਕੋਈ ਗੱਲ ਕਰਦਾ ਨਾ ਜਿਹਦੇ ਕੋਈ ਕਹਿੰਦਾ ਬਾਹਰ ਯਾਰ ਇੰਨੀ ਪੈਨਸ਼ਨ ਦਿੰਦੇ ਆ ਬਾਹਰ ਯਾਰ ਆ ਚੀਜ਼ ਐ ਮੈਨੂੰ ਯਾਰ ਬਾਹਰ ਤੁਸੀਂ ਬਾਹਰ ਤੇ ਰਿਸ਼ਤਾ ਤਾਂ ਕਰਦੇ ਹੋ ਬਾਹਰ ਵਾਲੇ ਦੇ ਫਰਜ਼ ਤਾਂ ਨਿਭਾਉਉ ਤੁਸੀਂ ਜਿਵੇਂ ਬਾਹਰ ਵਾਲੇ ਆਪਣਾ ਫਰਜ਼ ਨਿਭਾਉਂਦੇ ਆ ਆਪਦਾ ਇਮਾਨਦਾਰ ਨਾਲ ਟੈਕਸ ਪੇ ਕਰਦੇ ਆ ਮੈਂ ਕਿ ਮੈਂ ਹੀ ਇਮਾਨਦਾਰ ਨਾਲ ਟੈਕਸ ਪੇ ਕਰਦਾ ਮੈਨੂੰ ਪਤਾ ਕਿਉਂ ਕਰਦਾ ਜੀ ਮੈਂ ਇੱਕ ਗਵਰਨਮੈਂਟ EMPLOYEE ਐ ਹਾਂਜੀ ਮੇਰੀ ਤਨਖਾਹ ਦਿੰਦੀ ਐ ਵਿੱਚ ਜਿਹੜੀ ਆਜੀ ਬਿਲਕੁਲ ਹਾਂਜੀ ਹਾਂਜੀ ਮੇਰਾ ਤਾਂ ਟੈਕਸ ਕੱਟਿਆ ਜਾਂਦਾ ਇਹੀ ਮੇਰੀ ਦੁਕਾਨ ਹੋਵੇ ਮੈਂ ਉਹ ਤੋਂ ਚੋਰੀ ਕਰੂੰਗਾ ਕਰਦੇ ਨੇ ਜੀ ਲੋਕੀ ਹਾਂਜੀ ਇੱਕ ਸਾਡੇ ਘਰ ਕੋਲ ਇੱਕ ਸਨਾਰਾ ਰਹਿੰਦਾ ਹੂੰ ਹੂੰ ਜਿੰਦਗੀ ਜਿਗਤ ਇਹਨਾਂ ਟੈਕਸ ਪੇਣੀ ਕੀਤਾ ਕਿ ਰੁਪਈਆ ਵੀ ਨਹੀਂ ਕਰਨਾ ਹੀ ਨਹੀਂ ਉਹਨੇ ਹਾਂਜੀ ਜੀ ਜੀ ਗੱਲ ਉਹਨੂੰ ਹੂੰ ਮੈਂ ਉਹਨੂੰ ਇਹ ਗੱਲ ਕਹਿ ਬੈਠਾ ਹੂੰ ਮੈਂ ਕਿਹਾ ਟੈਕਸ ਤਾਂ ਵੀ ਇਹ ਕੋ ਕਰਦਾ ਨਹੀਂ ਕਹਿੰਦਾ ਮੈਂ ਕੀਤਾ ਹੂੰ ਮੈਂ ਕਿਹਾ ਤੂੰ ਤਾਂ ਕੀਤਾ ਵੀ ਤੇਰਾ ਮੁੰਡਾ ਹੁਣ ਕੈਨੇਡਾ ਭੇਜਿਆ ਤੂੰ ਹੂੰ ਉਹਨਾਂ ਨੇ ਤਾਂ ਅਥੋਂ ਮੰਗਿਆ ਪਿਛਲੇ 2 ਸਾਲਾਂ ਦਾ ਦਿਓ ਹੂੰ ਤਾਂ ਭੇਜਿਆ ਤਾਂ ਨਾ ਕਰੀਏ ਤੇ ਕਿਚ ਕਰ ਲਿਆ ਹੂੰ ਇੱਕ ਵੀ ਇਸ ਕਰਕੇ ਲੋਕ ਨਹੀਂ ਇਤਲੇ ਆਪਣੇ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਕੈਨੇਡਾ ਵਾਲੇ ਨਾ ਆ ਚੀਜ਼ਾਂ ਕਰਕੇ ਮੈਨੂੰ ਲੱਗਦਾ ਵੀ ਆਪਰਾ ਫਿਰ ਪੰਜਾਬੀ ਭਾਈਚਾਰਾ ਹੀ ਖਰਾਬ ਕਰ ਰਿਹਾ ਸਾਰਾ ਸਿਸਟਮ ਹੈ ਪੰਜਾਬੀ ਭਾਈਚਾਰਾ ਕਾਫੀ ਖਰਾਬ ਕਰ ਰਿਹਾ ਹਾਂਜੀ ਇੰਚ ਕੋਈ ਇੰਚ ਕੋਈ ਝੂਠ ਹੈ ਹੀ ਨਹੀਂ ਤੇ ਗੋਰੇ ਵੀ ਕਰਦੇ ਹੋਣਗੇ ਪਰ ਗੋਰਿਆਂ ਚ ਕਦੇ ਦੇਖਣ ਨੂੰ ਮਿਲਿਆ ਨਹੀਂ ਪਰ ਪੰਜਾਬੀ ਭਾਈਚਾਰਾ ਤਾਂ ਇਹ ਕੰਮ ਕਰਦਾ ਹੀ ਕਰਦਾ ਇਹ ਤਾਂ ਸਾਡੇ ਅਸੀਂ ਹਟੇ ਨਹੀਂ ਸਕਦੇ ਜੀ ਅਸੀਂ ਸ਼ਹਿਰ ਦੇ ਇੱਥੇ ਬਹੁਤ ਮਾੜੀ ਗੱਲ ਹੈ ਨਹੀਂ ਅਸੀਂ ਸ਼ਹਿਰ ਦੇ ਇੱਥੇ ਜਿਹੜੀਆਂ ਜੇ ਜੇ ਕੌਮਾਂ ਬੇਈਮਾਨ ਕਰਨੀਆਂ ਹੁਣ ਤਾਂ ਅਸੀਂ ਨਿਕਲਾਂਗੇ ਇਹ ਇਹ ਮਾੜੀ ਗੱਲ ਆ ਪਰ ਸੱਚੀ ਗੱਲ ਇਹੀ ਹੈ ਜੀ ਹਾਂ ਜੀ ਤੇ ਉਹ ਬੰਦੇ ਜਿਹੜਾ ਕਿ ਤਾਂ ਹੱਕ ਨਹੀਂ ਮਾਰਦੇ ਸੀ ਨਹੀਂ ਨਹੀਂ ਇੱਥੇ ਤਾਂ ਬਹੁਤ ਹੱਕ ਇਹ ਨਾਰਮਲ ਗੱਲ ਆ ਜੀ ਇੱਥੇ ਇੱਕ ਨਾ ਬੱਚੇ ਹੋਰ ਵੀ ਕੰਮ ਦੇਖਦੇ ਆ ਜੀ ਇੱਥੇ ਆ ਕੇ ਜਿਵੇਂ ਜਿਵੇਂ ਕੋਈ ਬੱਚਾ ਆਉਂਦਾ ਨਾ ਉਹ ਬੱਚੇ ਦੀ ਉਮਰ ਬੜੀ ਛੋਟੀ ਹੁੰਦੀ ਆ 18 17 18 ਹੱਦ 20 ਸਾਲ ਉਮਰ ਹੁੰਦੀ ਆ ਜਿਹੜਾ ਬੱਚਾ ਇੱਥੇ ਆਉਂਦਾ ਤਾਂ ਉਹ 30 ਸਾਲ ਦੇ ਉਪਰ ਚ ਪੈਣੀ ਆ ਨਾ ਇੱਥੇ 18 ਸਾਲ ਦੇ ਤੇ ਪਾ ਕੇ ਭੇਜ ਦਿੰਦੇ ਆ ਉਹ ਹਾਂ ਉਹ ਪਾ ਕੇ ਭੇਜ ਦਿੰਦੇ ਨੇ ਕਿ ਅਜੇ ਨਾ ਉਹ ਮਾਨਸਿਕ ਤੌਰ ਤੇ ਤਿਆਰ ਨਹੀਂ ਹੁੰਦਾ ਬੱਚਾ ਹਾਂਜੀ ਤੇ ਦੂਸਰੇ ਉਹ ਕੀ ਕਰਦਾ ਉਹ ਨਾ ਇੱਧਰੋਂ ਉੱਧਰੋਂ ਸੁਣੀਆਂ ਸੁਣਾਈਆਂ ਗੱਲਾਂ ਤੇ ਨਾ ਸੁਪਨੇ ਬਣਾ ਕੇ ਬੈਠ ਜਾਂਦਾ ਹਾਂਜੀ ਤੇ ਮੈਂ ਜੇ ਕਰ ਦੂੰ ਮੈਂ ਉਹ ਕਰ ਦੂੰ ਦੀ ਉਹਦੇ ਅੰਦਰ ਇੱਕ ਸਾਈਕੋਲੋਜੀ ਬਣ ਜਾਂਦੀ ਆ ਤੇ ਜਦੋਂ ਇੱਥੇ ਆਉਂਦਾ ਆਉਂਦੇ ਨਾ ਰਿਐਲਿਟੀ ਚੈੱਕ ਹੁੰਦਾ ਨਾ ਜਦੋਂ ਫੇਸ ਕਰਦਾ ਸਚਾਈ ਨੂੰ ਹਕੀਕਤ ਨੂੰ ਫੇਸ ਕਰਦਾ ਤਾ ਬਸ ਥੋੜੇ ਦਿਨੇ ਲੱਗਦੇ ਨੇ ਫਿਰ ਉਹਦਾ ਹਾਲ ਮਾੜਾ ਹੋਣ ਲੱਗ ਜਾਂਦਾ ਉਹਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ ਵੀ ਇਹ ਤਾਂ ਬਹੁਤ ਦੂਰ ਦੀ ਗੱਲ ਆ ਇਹ ਤਾਂ ਖਾ ਜੂਗਾ ਸਾਨੂੰ ਸਿਸਟਮ ਇਹ ਤਾਂ 20-20 ਸਾਲ ਖਪਣਾ ਪੈਣਾ ਤਾਂ ਜਾ ਕੇ ਘਰ ਜੋਗੇ ਹੋਵਾਂਗੇ ਹਾਂ ਉਹ ਕੱਲ ਘਰੇ ਪੱਲੇ ਪਊਗਾ ਪੈਂਦਾ ਹੀ ਘਰੇ ਇਕੱਲਾ ਹੀ ਘਰ ਪੱਲੇ ਪੈਂਦਾ ਜੀ ਤੇ ਉਹ ਤੋਂ ਬਾਅਦ ਇੱਥੇ ਆ ਕੇ ਉਹ ਵੱਡੀਆਂ-ਵੱਡੀਆਂ ਗੱਡੀਆਂ ਦੇਖਦੇ ਨੇ ਵੱਡੇ-ਵੱਡੇ ਘਰ ਦੇਖਦੇ ਨੇ ਵੱਡੇ-ਵੱਡੇ ਬਿਜ਼ਨਸ ਦੇਖਦੇ ਨੇ ਉਹਨਾਂ ਨੂੰ ਐ ਲੱਗਦਾ ਬਈ ਅਸੀਂ ਵੀ ਇਹੀ ਬਣਾਉਣਾ ਤੇ ਉਹ ਕਾਲ ਪੈ ਜਾਂਦੀ ਹੈ ਦਿਮਾਗ 'ਚ ਕਿ ਇਹ ਅਸੀਂ ਕਦੋਂ ਬਣਾਵਾਂਗੇ ਹਨਾ ਤੇ ਉਹ ਹੁਣ ਉਹ ਦਿਨ ਗਏ ਉਹ ਪਹਿਲਾਂ ਹੋ ਜਾਂਦਾ ਸੀ ਬਈ 7-10 ਸਾਲ ਠੋਕ ਕੇ ਮਿਹਨਤ ਕਰ ਲਈ ਗੱਲ ਬਣ ਗਈ 10 ਸਾਲ ਉਦੋਂ ਵੀ ਲੱਗਦੇ ਸੀ ਹੁਣ ਲੇਕਿਨ 20-25 ਸਾਲ ਲੱਗ ਜਾਂਦੇ ਆ ਤੇ ਫਿਰ ਵੀ ਕਿਸੇ ਕਿਸੇ ਦਾ ਹੀ ਐਡਾ ਵੱਡਾ ਤੁੱਕਾ ਲੱਗਦਾ ਨਹੀਂ ਤਾਂ ਘਰ ਹੀ ਚੱਲਦਾ ਤੇ ਪ੍ਰੀਸਾਬ ਇੱਕ ਮਿੰਟ ਹੋਰ ਗੱਲ ਦੱਸੋ ਚਲ ਆਪਾਂ ਤਾਂ ਇਹ ਮੰਨ ਲਿਆ ਇਥੋਂ ਕਈ ਅਮੀਰ ਲੋਕ ਵੀ ਜਾ ਰਹੇ ਆ ਅਮੀਰ ਲੋਕ ਤੋਂ ਮੇਰਾ ਭਾਵ ਆ ਵੀ ਸਾਡੇ ਏਰੀਆ ਚ ਨਾ ਕਈ ਕਰ ਇਹੋ ਜਿਹੇ ਆ ਜਿਹੜੇ ਨਾ 20 25 ਤੇ 30 ਦੀ ਫ਼ਸਲ 50 ਕਿੱਲੇ ਵੀ ਹੋਣ 60 ਕਿੱਲੇ ਵੀ ਹੋਣ ਉਹਨਾਂ ਤੇ ਹਾਂਜੀ ਉਹਨਾਂ ਦੇ ਵੀ ਮੰਨ ਲਓ ਦੋ ਜਵਾਗਏ ਪਹਿਲਾਂ ਇੱਕ ਜਾਵੜਾ ਦੂਜਾ ਵੀ ਜਾਵੜਾ ਇਹ ਮੈਨੂੰ ਗੱਲ ਜੱੱਚੀ ਨਹੀਂ ਕੀ ਚੱਕਰ ਐ ਇਹ ਕਿਉਂ ਇਹ ਕੱਲੇ ਖੇਤੀ ਵਾਲੇ ਨਹੀਂ ਆ ਰਹੇ ਜੀ ਹੁਣ ਤਾਂ ਮੈਂ ਹਜੇ ਬੰਦਿਆਂ ਨੂੰ ਬਹੁਤ ਨੂੰ ਮਿਲ ਲਿਆ ਜਿਹੜੇ ਵੱਡੇ ਬਿਜ਼ਨਸ ਪਰਸਨ ਨੇ ਸ਼ਹਿਰਾਂ ਚ ਜਿਨ੍ਹਾਂ ਦੇ ਬਿਜ਼ਨਸ ਨੇ ਦਿੱਲੀ ਚ ਲੁਧਿਆਣੇ ਚ ਉਹ ਵੀ ਆ ਰਹੇ ਨੇ ਇਹ ਇਹ ਲੋਕ ਨਾ ਜੀ ਸੋਸ਼ਲ ਸਿਕਿਉਰਿਟੀ ਕਰਕੇ ਆ ਰਹੇ ਆ। ਓਕੇ ਕਿਉਂਕਿ ਹਿੰਦੁਸਤਾਨ ਦੇ ਵਿੱਚ ਸੋਸ਼ਲ ਸਿਕਿਉਰਿਟੀ ਅਮੀਰ ਬੰਦੇ ਦੀ ਵੀ ਖਤਰੇ 'ਚ ਆ। ਅਨੇ ਅਮੀਰ ਬੰਦੇ ਦੀ ਹੀ ਖਤਰੇ 'ਚ ਹਾਂ ਇਹ ਇਹ ਤੁਸੀਂ ਅਮੀਰ ਬੰਦਾ ਤਾਂ ਮਾਰੇ ਕੋ ਤੇਰਾ ਸਾਰ ਲੈਂਦਾ ਹਾਂ ਬਿਨ ਬਗੈਰ ਵੀ ਸੌਰੀ ਤੇ ਉਹ ਫਿਰ ਉਹ ਵੀ ਚਾਹੁੰਦੇ ਨੇ ਕਿ ਯਾਰ ਅਸੀਂ ਇਸ ਸੋਸ਼ਲ ਸਿਕਿਉਰਿਟੀ ਚੋਂ ਨਿਕਲ ਜਾਈਏ ਤੇ ਕੈਨੇਡਾ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਉਹ ਚ ਚਲੇ ਜਾਈਏ। ਤੇ ਉਹਦੇ ਨਾਲ ਅਸੀਂ ਠੀਕ ਰਹਾਂਗੇ ਹੁਣ ਮੈਂ ਬਹੁਤ ਲੋਕਾਂ ਨੂੰ ਜਾਣਦਾ ਜਿਹੜੇ ਇੱਥੇ ਸਿਟੀਜ਼ਨ ਵੀ ਹੋ ਗਏ ਨੇ ਪਰ ਅਜੇ ਉਹਨਾਂ ਦੇ ਬਿਜ਼ਨਸ ਇੰਡੀਆ ਚੱਲਦੇ ਨੇ ਪਰ ਉਹ ਕਦੇ ਵੀ ਭੱਜ ਕੇ ਇੱਥੇ ਆ ਸਕਦੇ ਆ ਮਤਲਬ ਕਿਉਂਕਿ ਇੰਡੀਆ ਦਾ ਜਿਹੜਾ ਹੁਣ ਤੁਹਾਨੂੰ ਪਤਾ ਹੀ ਆ ਪੋਲਿਟੀਕਲ ਸਿਸਟਮ ਸੋਸ਼ਲ ਸਿਸਟਮ ਜਿਹੜਾ ਨਾ ਸਿਕਿਉਰਿਟੀ ਸਿਸਟਮ ਉਹ ਉਹਨਾਂ ਤਕੜਾ ਨਹੀਂ ਹੈਗਾ ਤੇ ਉਹ ਰਿਸਕ ਉਨਹੀਂ ਪੈ ਜਾਂਦੇ ਨੇ ਜਵਾਕਾਂ ਨੂੰ ਰਿਸਕ ਪੈ ਜਾਂਦੇ ਨੇ ਫਿਰ ਉਹ ਆਪਣੀ ਸੇਫਟੀ ਵਾਸਤੇ ਇਧਰੋਂ ਨਿਕਲਦੇ ਨੇ ਬਥੇਰੇ ਹੁਣ ਇੱਥੇ ਦਿੱਲੀ ਦੇ ਆਪਣੇ ਹੁਣ ਤਾਂ ਪਹਿਲਾਂ ਤਾਂ ਇਕੱਲੇ ਪੰਜਾਬੀ ਮਿਲਦੇ ਹੁੰਦੇ ਸੀ ਪਿੰਡਾਂ ਦੇ ਹੁਣ ਤਾਂ ਸ਼ਹਿਰੀ ਬੰਦੇ ਲੁਧਿਆਣੇ ਦੇ ਹੁਣ ਤਾਂ ਉਹ ਕੌਮਾਂ ਜਿਹੜੀਆਂ ਖੇਤੀ ਨਾਲ ਜੁੜੀਆਂ ਹੀ ਨਹੀਂ ਹੋਈਆਂ ਦੁਕਾਨਦਾਰ ਕੌਮਾਂ ਨੇ ਹਨਾ ਜਿਨ੍ਹਾਂ ਨੂੰ ਮਹਾਜਨੀ ਕੌਮਾਂ ਕਹਿੰਦੇ ਨੇ ਉਹ ਬਹੁਤ ਆ ਗਏ ਇੱਥੇ ਓਕੇ ਤੇ ਕਿਉਂਕਿ ਉਹ ਸੋਸ਼ਲ ਸਿਕਿਉਰਿਟੀ ਭਾਲਦੇ ਨੇ ਬਹੁਤ ਆ ਗਏ ਹੁਣ ਤਾਂ ਆਈ ਸਾਰੇ ਆ ਹੀ ਜਾਂਦੇ ਨੇ ਹਾਂ ਜੀ ਹਾਂ ਜੀ ਅਗਲੇ ਨੂੰ ਮੇਰੇ ਤੋਂ ਤੁਹਾਡੀ ਜਿਹੜੀ ਗੱਲ ਹੈ ਜਿਹੜੀ ਤੁਸੀਂ ਸ਼ੁਰੂਆਤ ਚ ਕਹੀ ਸੀਗੀ ਵੀ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ 20 ਸਾਲਾਂ ਚ ਇਹ ਘਟ ਗਿੰਥੀਆਂ ਚ ਆਜੂ ਉਹ ਗੱਲ ਹੋ ਹੀ ਜਾਊਗੀ। ਉਹ ਗੱਲ ਤਾਂ ਹੋ ਹੀ ਜਾਣੀ ਆ ਜੀ। ਉਹ ਗੱਲ ਇਸ ਲਈ ਵੀ ਹੋ ਜਾਣੀ ਆ ਕਿਉਂਕਿ ਜੇ ਇੱਕ ਆਊਗਾ ਤਾਂ ਉਹਦੇ ਦੋ ਬਾਰੋਂ ਉੱਥੇ ਵੜ ਜਾਣੇ ਆ। ਹਾਂ ਜੀ ਕਿਉਂਕਿ ਉਹ ਤਾਂ ਪਲਾਨ ਵੀ ਆ ਨਾ ਸੈਂਟਰ ਦਾ ਇੱਕ ਜਿਵੇਂ ਸਾਰੇ ਕਹਿੰਦੇ ਆ ਬਈ ਡੈਮੋਗ੍ਰਾਫਿਕਲੀ ਇਹਨਾਂ ਨੂੰ ਮਤਲਬ ਨੰਬਰ ਘਟਾਉਣਾ ਉਹਨੂੰ ਘਟਾਈ ਲੈਣਾ ਉਹਨਾਂ ਨੇ ਘਟਾਈ ਜਾਣਾ। ਕਚੀਰ ਮੈਂ ਇੱਕ ਗੱਲ ਨੋਟ ਕੀਤੀ ਹੈ ਜੀ। ਹਮ ਹਮ ਜਿਹੜੇ ਬੱਚੇ ਦੇ ਇੱਕ ਮਨ ਦੇ ਵਿੱਚ ਹੈਗਾ ਨਾ ਵੀ ਮੈਂ ਬਾਹਰ ਜਾਣਾ ਤੇ ਤਰੱਕੀ ਕਰਨੀ ਹੈ ਹਾਂਜੀ ਉਹ ਮਾਨਸਿਕ ਤੌਰ ਤੇ ਪੂਰਾ ਮਜ਼ਬੂਤ ਹੋ ਜਾਂਦਾ ਹੈ ਜੀ ਹਾਂਜੀ ਹਾਂਜੀ ਇਹ ਹੋ ਜਾਂਦਾ ਤੇ ਦੀ ਜੀ ਨੇ ਮੈਨੂੰ ਫੋਨ ਤੇ ਕਿਹਾ ਕਿ ਨਹੀਂ ਚਾਚਾ ਜੀ ਵੀ ਇੱਥੇ ਨਾ ਗੱਲਾਂ ਵੀ ਸੁਣਨੀਆਂ ਪੈਂਦੀਆਂ ਜੀ ਹੂੰ ਵੀ ਮੈਨੂੰ ਲਾਇਆ ਤਾਂ ਇਹਨਾਂ ਨੇ ਆਪ ਤੇ ਜਿਹੜੇ ਮੈਨੇਜਰ ਕੇ ਅਸਿਸਟੈਂਟ ਮੈਨੇਜਰ ਹੂੰ ਹੂੰ ਪਰ ਮੈਂ ਕਈ ਵਾਰ ਪੀਜ਼ਾ ਵੀ ਆਪ ਬਣਾਉਣੀ ਏ ਕਈ ਵਾਰ ਸਰਵ ਵੀ ਆਪ ਕਰਦੀ ਐ ਹਾਂਜੀ ਕਈ ਵਾਰ ਪਾਣੀ ਡੁੱਲ ਜੇ ਤੇ ਪੋਚਾ ਵੀ ਮੈਨੂੰ ਆਪ ਨੂੰ ਲਾਉਣਾ ਪੈਂਦਾ ਹਾਂਜੀ ਤੇ ਕਈ ਵਾਰ ਸਲੋ ਬੇਰ ਬੋਲਦੇ ਵੀ ਬਹੁਤ ਹੈ ਪਰ ਮੈਨੂੰ ਪਤਾ ਹੈ ਮੈਂ 4 ਸਾਲ ਚ ਛੱਲ ਲੂੰਗੀ ਹਾਂਜੀ ਹੂੰ ਹੂੰ ਮੁਰਕੇ ਮੇਰੀ ਲਾਈਫ ਅੰਜ ਬਸ ਇਹ ਹੀ ਮਾਨਸਿਕ ਤਿਆਰੀ ਹੈ ਜੀ ਇਹਦਾ ਮਤਲਬ ਉਹ ਮਾਨਸਿਕ ਤੌਰ ਤੇ ਤਕੜੀ ਹੈ ਹਾਂਜੀ ਬਸ ਇਹ ਹੀ ਇਹ ਹੀ ਤਿਆਰੀ ਕਰਕੇ ਭੇਜਣ ਚ ਫਾਇਦਾ ਹੈ ਜੀ ਕਿਹੜਾ ਜੀ ਮਾਪੇ ਮੈਨੂੰ ਹੋਰ ਦੱਸੋ ਗੱਲ ਇੱਕ ਮਾਪੇ ਇਹ ਸਮਝ ਕੇ ਭੇਜਦੇ ਆ ਵੀ ਸਾਡੇ ਇੱਥੇ ਡਰੱਗ ਚ ਨਾ ਲੱਗ ਜੇ ਬੱਚਾ ਪੰਜਾਬ ਚ ਹਾਂਜੀ ਪਰ ਮੈਂ ਸੁਣਿਆ ਕੈਨੇਡਾ ਚ ਬਹੁਤ ਜ਼ਿਆਦਾ ਡਰੱਗਸ ਹੈ ਇੱਥੇ ਬਹੁਤ ਜ਼ਿਆਦਾ ਹੈ ਜੀ ਹਾਂਜੀ ਇਹ ਸੱਚ ਹੈ ਫਿਰ ਆਪਾਂ ਇਹ ਕਿਵੇਂ ਸੋਚਾਂਗੇ ਵੀ ਸਾਡਾ ਪੁੱਤ ਇੱਥੇ ਬਚ ਜਾਊਗਾ ਨਹੀਂ ਇਹ ਚਾਹੁੰਦੀ ਨਹੀਂ ਕਿਸੇ ਨੂੰ ਨਹੀਂ ਇਹ ਗੱਲ ਪਤਾ ਕੀ ਹੈ ਜੀ ਇੱਥੇ ਥੋੜਾ ਜਿਹਾ ਚਾਂਸ ਘੱਟ ਹੁੰਦਾ ਕਿਉਂਕਿ ਇੱਥੇ ਬੱਚੇ ਜਿਵੇਂ ਕਮਾ-ਕੁਮਾਚ ਰਹਿੰਦੇ ਨੇ ਨਾ ਪਰ ਮਾੜੀ ਮਾੜੀ ਤਕਦੀਰ ਨੂੰ ਜੇ ਕਿਸੇ ਨਾਲ ਵਾਹ ਪੈ ਜਾਏ ਇਹ ਜਿਹੇ ਬੰਦੇ ਨਾ ਤਾਂ ਫਿਰ ਬੰਦਾ ਇਹਨਾਂ ਚੱਕਰਾਂ ਵਿੱਚ ਫਸ ਵੀ ਜਾਂਦਾ ਕਿਉਂਕਿ ਡਰੱਗ ਤਾਂ ਇੱਥੇ ਬਹੁਤ ਹੈ ਜੀ ਇਹ 'ਚ ਕੋਈ ਸ਼ੱਕ ਨਹੀਂ ਬਹੁਤ ਡਰੱਗ ਹੈ ਤੇ ਤੁਸੀਂ ਇਹ ਦੇਖ ਲਓ ਵੀ ਇੰਨਾ ਜ਼ਿਆਦਾ ਹੈ ਕਿ ਜਦੋਂ ਬੱਚਾ 7ਵੀਂ 8ਵੀਂ ਕ੍ਰਾਸ ਕਰ ਜਾਂਦਾ ਨਾ ਉਤੋਂ ਬਾਅਦ ਚ 5-6 ਸਾਲ ਮਾਪਿਆਂ ਦੀ ਜਿੰਦ ਮੁਠੀ ਜੀ ਰਹਿੰਦੀ ਹੈ ਵੀ ਅੱਜ ਨਾ ਕਿਸੇ ਦੇ ਘੇੜ ਚ ਆ ਜੇ ਅੱਜ ਨਾ ਕਿਸੇ ਦੇ ਘੇੜ ਚ ਆ ਜੇ ਕਿਉਂਕਿ ਬਹੁਤ ਆ